ਵਿਜੀਲੈਂਸ ਬਿਊਰੋ ਨੇ ਪੰਜਾਬ ਪੁਲਿਸ ਦੇ ਏਐਸਆਈ ਨੂੰ 5000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਇਸ ਸਬੰਧੀ ਸ਼ਿਕਾਇਤਕਰਤਾ ਬਲਵਿੰਦਰ ਸਿੰਘ ਵਾਸੀ ਮਾੜੀ ਉਦੋਕੇ ਨੇ ਦੱਸਿਆ ਕਿ ਉਸ ਦੀ ਜ਼ਮੀਨ ਦੇ ਮਾਮਲੇ ਵਿੱਚ ਚਲਾਨ ਪੇਸ਼ ਕਰਨ ਲਈ ਥਾਣਾ ਭੀਖੀ ਪਿੰਡ ਵਿਖੇ ਤਾਇਨਾਤ ਏਐਸਆਈ ਸੁਰਿੰਦਰ ਕੁਮਾਰ ਵੱਲੋਂ 15000 ਰੁਪਏ ਰਿਸ਼ਵਤ ਦੀ ਮੰਗ ਕੀਤੀ ਗਈ ਸੀ, ਜਿਸ ਵਿੱਚ ਉਹ 2 ਵਾਰ 5-5000 ਰੁਪਏ ਏਐਸਆਈ ਸੁਰਿੰਦਰ ਕੁਮਾਰ ਨੂੰ ਦੇ ਚੁੱਕਾ ਸੀ ਅਤੇ ਇਸ ਦੀ ਸ਼ਿਕਾਇਤ ਵਿਜੀਲੈਂਸ ਨੂੰ ਕੀਤੇ ਜਾਣ ਤੋਂ ਬਾਅਦ ਤੀਸਰੀ ਕਿਸ਼ਤ ਦੇਣ ਲੱਗੇ ਵਿਜੀਲੈਂਸ ਨੇ ਉਸ ਨੂੰ ਰੰਗੇ ਹੱਥੀਂ ਕਾਬੂ ਕਰ ਲਿਆ। ਉਧਰ ਇਸ ਸਬੰਧੀ ਜਦੋਂ ਵਿਜੀਲੈਂਸ ਦੇ ਅਧਿਕਾਰੀਆਂ ਨਾਲ ਗੱਲ ਕਰਨੀ ਚਾਹੀ ਤਾਂ ਉਹਨਾਂ ਨੇ ਕੈਮਰੇ ਅੱਗੇ ਕੁਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ। ਭਾਈ ਜੀ, ਅੱਜ ਆਪਣਾ ਝਗੜਾ ਸੀ, ਬਲਵਿੰਦਰ ਸਿੰਘ ਸਾਨੂੰ ਮਿਲਖਾ ਸਿੰਘ ਪਿੰਡ ਮਾੜੀ ਉਦੋਗੇ। ਭਾਈ ਜੀ ਦਾ ਝਗੜਾ ਇਸ ਤਰ੍ਹਾਂ ਕਿ ਆਪਣਾ ਆਰਤੀਆ ਹੀਰਾ ਸਿੰਘ ਮਾੜੀ ਗੌਰ ਸੋਨਾ ਜੀ ਰੈਸ਼ ਭਿੱਖੀ ਪਿੰਡ ਪੂਲਾ ਰੋਡ ਉੱਥੇ ਰਹਿਣ ਵਾਲਾ 5 ਸਾਲ ਤੋਂ ਆੜਤੀਆ ਸੀ, ਉਹਦੇ ਫਸਲ ਸੁੱਟਦੇ ਹਾਂ। ਬਾਅਦ ਦੇ ਵਿੱਚ ਉਹ ਕਹਿੰਦਾ ਵੀ ਮੇਰਾ ਥੋੜ੍ਹਾ ਜਿਹਾ ਨਾ ਕਰਜ਼ਾ ਦੇਣਾ 1-3 ਲੱਖ ਅਤੇ ਕੋਈ 20,000 ਰੁਪਈਆ। ਮੈਂ ਉਹਨੂੰ ਕਿਹਾ ਵੀ ਆ ਵਿਆਜ ਥੋੜ੍ਹਾ ਜ਼ਿਆਦਾ ਪੈਂਦਾ। ਉਹ ਕਹਿੰਦਾ ਆਪਾਂ ਇਹ ਤਾਰ ਦਿੰਦੇ ਹਾਂ, ਭਾਈ ਫੱਕ ਕਰਾ ਦਿੰਦੇ ਹਾਂ ਅਤੇ ਬਾਅਦ ਵਿੱਚ ਤੈਨੂੰ ਲਿਫਟ ਬਣਾ ਦਿੰਦੇ ਹਾਂ। ਵੀ ਉਹ ਭਾਈ ਫੱਕ ਕਰਾ ਤੀ ਉਹਨੇ ਪੈਸੇ ਤਾਰ ਕੇ, ਬਾਅਦ ਦੇ ਵਿੱਚ ਲਿਫਟ ਬਣਾਉਣ ਦੇ ਬਹਾਨੇ ਮਾਤਾ ਤੋਂ ਲਿਫਟ ਦੇ ਬਹਾਨੇ ਬੈਕ ਕਰਵਾ ਗਿਆ। ਹਾਂਜੀ ਹਾਂਜੀ, ਫਿਰ ਮੈਂ ਇਹਨਾਂ ਕੋਲ ਜਾਂਦਾ ਰਿਹਾ ਠਾਣੇ ਭਿੱਖੀ ਪਿੰਡ। ਇਹਨਾਂ ਮੇਰੀ ਕੋਈ ਸੁਣਵਾਈ ਨਹੀਂ ਸੁਣੀ। ਆਪਣਾ 17 ਦਾ ਪਰਚਾ ਆਇਆ ਏ 2019 ਜਾ ਰਿਹਾ, ਕੋਈ ਸੁਣਵਾਈ ਨਹੀਂ ਹੋਈ। ਫਿਰ ਮੈਂ ਥੋੜ੍ਹੇ ਦਿਨ ਗਏ SSP ਸਾਹਿਬ ਤੋਂ ਫੋਨ ਕਰਵਾਇਆ ਭਿੱਖੀ ਪਿੰਡ ਥਾਣੇ, ਉਹਨਾਂ ਨੂੰ ਉਹ ਫੋਨ ਦੇ ਨਾਲ ਉਹਨਾਂ ਨੂੰ ਕੋਈ ਜੂਨ ਨਹੀਂ ਸਰਕੀ। ਬਾਅਦ ਵਿੱਚ ਫਿਰ ਮੈਂ SSO ਸਾਹਿਬ ਕੋਲ ਗਿਆ, ਮੈਂ ਕਿਹਾ ਜੀ ਇਸ ਤਰ੍ਹਾਂ ਤੁਹਾਨੂੰ ਫੋਨ ਆਇਆ SSP ਸਾਹਿਬ ਹੁਣਾਂ ਦਾ। ਉਹ ਕਹਿੰਦੇ ਵੀ ਆਇਆ ਹੋਊਗਾ ਅਤੇ ਪਰ ਕੀ ਮੁਕੱਦਮਾ ਨੰਬਰ ਕਿੰਨਾ, ਮੈਂ ਹੈਗਾ 280 ਮੁਕੱਦਮਾ ਨੰਬਰ। ਕਹਿੰਦੇ ਸੁਰਿੰਦਰ ਕੁਮਾਰ ਨੂੰ ਮਿਲੋ। ਮੈਂ ਠੀਕ ਆ, ਉਹਨੂੰ ਮਿਲਿਆ ਜਾ ਕੇ। ਉਹਨੇ ਆਖਿਆ ਵੀ ਉਹਨੇ ਉਹਨਾਂ ਗੱਲ ਕੀਤੀ, ਉਹਦੇ ਮੈਂ ਇਸ ਤਰ੍ਹਾਂ ਚਲਾਨ ਪੇਸ਼, ਮੈਂ ਕਿਹਾ ਕਰਾਇਆ ਤਾਂ ਚਲਾਨ ਪੇਸ਼। ਕਹਿੰਦਾ ਨਹੀਂ ਚਲਾਨ ਇਸ ਤਰ੍ਹਾਂ ਨਹੀਂ ਪੇਸ਼ ਹੁੰਦੇ, ਚਲਾਨ ਪੈਸੇ ਦਿੱਤਾ ਦਿਨਾਂ ਨਹੀਂ ਹੁੰਦੇ। ਮੈਂ ਕਿਹਾ ਪੈਸੇ ਕਿੰਨੇ ਗਾ? ਕਹਿੰਦਾ ਵੀ 15,000 ਰੁਪਈਆ ਲੱਗੂਗਾ। ਮੈਂ ਕਿਹਾ ਨਹੀਂ ਘੱਟ ਕਰੀ ਯਾਰ, ਮੈਂ ਗਰੀਬ ਬੰਦਾ ਕਿੱਥੋਂ ਦਊਗਾ ਇਹਨੇ। ਪਰ ਨਹੀਂ, ਉਹਨੇ ਨਹੀਂ ਮੰਨੀ। ਉਹ ਕਹਿੰਦਾ ਵੀ ਇਹ ਤੋਂ ਘੱਟ ਨਹੀਂ ਮੈਂ ਲੈ ਸਕਦਾ, 15,000 ਰੁਪਈਆ ਲਊਗਾ। ਅਤੇ ਫਿਰ ਮੈਂ ਆ ਪਿਛਲੇ ਆਪਣਾ ਆਹ ਜਿਹੜਾ ਹੁਣ ਮਹੀਨਾ ਚੱਲ ਰਿਹਾ, ਇਹਦੀ 5 ਤਰੀਕ ਨੂੰ 2,000 ਰੁਪਈਆ ਮੈਂ ਦੇ ਆਇਆ ਇਸੇ ਸੁਰਿੰਦਰ ਕੁਮਾਰ ਨੂੰ। ਇਹ ਆਪਣਾ ਸਾਹਮਣੇ ਰਾਵਰ ਆ, ਰਾਵਰ ਮੁੰਡਾ ਠਾਣੇ ਦੇ ਸਾਹਮਣਾ, ਉੱਥੇ ਲਿਆ 2,000 ਰੁਪਈਆ। 2,000 ਰੁਪਈਆ ਲੈ ਕੇ ਇਹਨੂੰ ਮੈਂ ਗੱਲਾਂ ਰਿਕਾਰਡ ਕਰੀ ਗਿਆ ਅਤੇ ਬਾਅਦ ਦੇ ਵਿੱਚ ਮੈਂ ਬਾਹਰ ਨਿਕਲ ਆਇਆ। ਫਿਰ ਮੈਂ ਕਰਾਰ ਕਰਾਂ ਉਹਨਾਂ ਪੈਸਿਆਂ ਦਾ, ਬਾਕੀ ਜੇ ਮੈਂ 8,000 ਰੁਪਈਆ ਤੈਨੂੰ ਹੋਰ ਦੇਵਾਂ ਤਾਂ ਨਹੀਂ 9 ਦੇਵੀਂ ਹੋਰ। ਮੈਂ ਚਲ ਠੀਕ ਆ, ਬਾਕੀ ਮੈਂ ਕਰਾਰ ਕਰਾਂ ਸੋਮਵਾਰ ਦਾ। ਸੋਮਵਾਰ ਮੁੜ ਕੇ ਇਹਨੂੰ ਦੇਣੇ ਪੈਸੇ, ਫਿਰ ਸੋਮਵਾਰ ਲੰਘਿਆ, ਕੱਲ੍ਹ ਹੈਗਾ ਸੀ ਆਪਣਾ ਮੰਗਲਵਾਰ। ਕੱਲ੍ਹ ਫਿਰ ਅਰੇਂਜਮੈਂਟ ਕੀਤਾ ਇਹਨਾਂ ਅਤੇ ਅਰੇਂਜਮੈਂਟ ਕਰਕੇ ਕੱਲ੍ਹ 3,000 ਰੁਪਈਆ ਮੈਂ 2:30 ਵਜੇ ਦੇ ਆਇਆ। ਕਹਿੰਦਾ ਵੀ ਇਸ ਤਰ੍ਹਾਂ ਨਹੀਂ ਸੂਤਰ ਆਉਣਾ, ਉਹ ਵੀ ਮੈਂ ਗੱਲਾਂ ਰਿਕਾਰਡ ਕਰ ਲਿਆ ਜੋ ਕਹਿੰਦਾ ਵੀ ਇੰਨਾ ਕਿਹੜਾ ਸੂਤਰ ਨਹੀਂ ਆਉਣਾ। ਅਤੇ ਮੈਂ ਹੋਰ ਕਿੰਨੇ ਚਾਹੀਦੇ ਆ? ਕਹਿੰਦਾ ਨਹੀਂ 5,000 ਹੋਰ ਦੇ। ਮੈਂ ਨਹੀਂ 4 ਲੈ ਲਓ। ਕਹਿੰਦਾ ਨਹੀਂ 5 ਪੂਰਾ। ਮੈਂ ਚਲੋ ਠੀਕ ਆ, ਮੈਂ ਕਰਦਾ ਵਾ, ਤੂੰ ਇਹਦਾ ਲਿਆਉਣਾ ਕਿਤੋਂ ਫੜ ਦੜ ਕੇ? ਫਿਰ ਮੈਂ ਫੜ ਦੜ ਕੇ ਤੈਨੂੰ ਮੈਂ 5,000 ਰੁਪਈਆ ਸ਼ਾਮੀ ਦੇਣ ਗਿਆ। ਮੈਨੂੰ ਉਦੋਂ ਵੀ ਕਹਿੰਦਾ ਰਿਹਾ ਵੀ ਤੁਸੀਂ ਇਸ ਤਰ੍ਹਾਂ ਕਰੋ, 4,000 ਰੱਖ ਲਓ, 1,000 ਮੈਨੂੰ ਵਾਪਸ ਕਰ ਦਿਉ। ਇਹਨਾਂ ਆਖਿਆ ਨਹੀਂ ਮੈਂ 5 ਹੀ ਲੈਣਾ। ਇਹਨਾਂ ਪੂਰਾ 5 ਹੀ ਲਿਆ। ਫਿਰ ਉਸ ਤੋਂ ਬਾਅਦ ਫਿਰ ਆਪਣਾ ਮੈਂ ਆਪਣਾ ਕੀਤੀ ਇਹਨਾਂ ਨਾਲ ਗੱਲ ਭਾਜੀ ਨਾਲ ਕਿ ਆਪਣਾ ਵਿਜੀਲੈਂਸ ਵਾਲਿਆਂ ਨਾਲ, ਕਹਿੰਦਾ ਕਿਉਂਕਿ ਰੰਗੇ ਹੱਥੀਂ ਫਿਰ ਫੜ ਲਿਆ।